ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ, ਬੋਰਡ ਸਰਟੀਫਾਈਡ ਇੰਟਰਨਲ ਮੈਡੀਸਨ ਡਾਕਟਰ, ਕਰੰਟਲੀ ਅ ਕਾਰਡੀਓਲੋਜੀ ਫੈਲੋ ਇਨ ਨਿਊ ਜਰਸੀ। ਤੁਹਾਡੇ ਲਈ ਨਵਾਂ ਸ਼ੋਅ ਲੈ ਕੇ ਆਏ ਹਾਂ, ਰੋਡ ਟੂ ਮੈਡੀਸਨ। ਬਹੁਤ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹ ਸ਼ੋਅ ਵਿੱਚ ਅਸੀਂ ਹਰ ਇੱਕ ਉਹ ਟੋਪਿਕ ਡਿਸਕਸ ਕਰਾਂਗੇ ਜਿਹੜਾ ਮੈਨੂੰ ਅਕਸਰ ਉਹ ਕੁਐਸਚਨ ਮੈਨੂੰ ਕਮਿਊਨਿਟੀ ਵਿੱਚ ਪੁੱਛੇ ਜਾਂਦੇ ਸੀ, ਗੁਰਦੁਆਰਿਆਂ 'ਚ, ਸਾਡੇ ਕੈਂਪਾਂ ਵਿੱਚ, ਸਾਡੇ ਹੋਸਪਿਟਲ ਵਿੱਚ। ਹੁਣ ਇੱਕ ਐਸੀ ਜਗ੍ਹਾ ਜਾਂ ਐਸਾ ਮੁਕਾਮ ਮਿਲ ਗਿਆ ਕਿ ਜਿਹਦੇ ਵਿੱਚ ਮੈਂ ਹਰ ਇੱਕ ਇਨਸਾਨ ਨੂੰ ਅਮੈਰੀਕਾ ਵਿੱਚ, ਕੈਨੇਡਾ ਵਿੱਚ ਆਪਣੇ ਉਹ ਵਿਚਾਰ ਰੱਖ ਸਕਦਾ ਵਾਂ, ਉਹ ਕੁਐਸਚਨਸ ਜਿਹੜੇ ਮੈਨੂੰ ਅਕਸਰ ਪੁੱਛੇ ਜਾਂਦੇ ਉਹ ਮੈਂ ਇੱਕ ਵੱਡੇ ਲੈਵਲ 'ਤੇ ਆਨਸਰ ਕਰ ਸਕਦਾ ਅਤੇ ਮੈਕਸੀਮਮ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਸਕਦਾ। ਵੇਖੋ, ਮੈਂ ਡਾਕਟਰ ਹੀ ਇਸ ਲਈ ਬਣਿਆ ਸੀ ਕਿ ਮੈਂ ਆਪਣੀ ਕਮਿਊਨਿਟੀ ਦੀ ਸਰਵਿਸ ਕਰ ਸਕਾਂ। ਠੀਕ ਹੈ, ਬਾਬੇ ਨਾਨਕ ਦਾ ਕਹਿਣਾ ਕਿ ਆਪਾਂ ਸਾਰੇ ਇੱਕੋ ਹਾਂ, ਪਰ ਫਿਰ ਵੀ ਪੰਜਾਬ ਤੋਂ ਆਏ ਹਾਂ, ਉਹ ਕੁਛ ਦਰਦ ਹੈ ਪੰਜਾਬੀਆਂ ਲਈ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਪੰਜਾਬੀ ਕੋਈ ਦਰਦ 'ਚ ਹੁੰਦਾ। ਅਤੇ ਬਹੁਤ ਹੀ ਖੁਸ਼ੀ ਨਾਲ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ ਅਤੇ ਹੋਪ ਕਰਦੇ ਹਾਂ ਕਿ ਤੁਸੀਂ ਇਹ ਸ਼ੋਅ ਨੂੰ ਇੰਜੋਏ ਕਰੋਗੇ। ਇਸ ਸ਼ੋਅ ਵਿੱਚ ਆਪਾਂ ਹਰ ਇੱਕ ਟੋਪਿਕ ਜਿਹੜਾ ਕਿ ਤੁਹਾਡੀ ਸਿਹਤ ਨਾਲ ਰਿਲੇਟਿਡ ਆ ਉਹਨੂੰ ਕਵਰ ਕਰਾਂਗੇ। ਹਰ ਇੱਕ ਚੀਜ਼ ਕਿ ਤੁਹਾਡੀ ਜ਼ਿੰਦਗੀ ਕਿੱਦਾਂ ਹੋਰ ਖੁਸ਼ਹਾਲ ਹੋ ਸਕੇ, ਕਿੱਦਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ੀ ਨਾਲ ਬਤੀਤ ਕਰ ਸਕੋ ਅਤੇ ਇੱਕ ਲੰਬੀ ਖੁਸ਼ਹਾਲ ਜ਼ਿੰਦਗੀ ਤੁਹਾਡੀ ਹੋਵੇ, ਉਸ ਹਰ ਇੱਕ ਟੋਪਿਕ 'ਤੇ ਆਪਾਂ ਚਰਚਾ ਕਰਾਂਗੇ। ਵੇਖੋ, ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਆਪਣੇ ਬਾਰੇ ਕਿ ਕੀ ਚੀਜ਼ ਸੀ ਕਿ ਜਿਹਦੇ ਕਰਕੇ ਮੈਂ ਇਹ ਸ਼ੋਅ ਲਈ ਹਾਂ ਕੀਤੀ। ਮੈਂ ਅਮੈਰੀਕਾ ਵਿੱਚ ਆਇਆ ਸੀ ਜਦੋਂ ਮੈਂ 11 ਸਾਲ ਦੀ ਉਮਰ ਦਾ ਸੀ। ਇੰਡੀਆ 'ਚ ਸਭ ਕੁਝ ਜਿੱਦਾਂ ਸਾਰਿਆਂ ਕੋਲ ਹੁੰਦਾ, ਮੇਰੀ ਕੋਈ ਅਲੱਗ ਨਹੀਂ, ਪਰ ਬਹੁਤ ਵਧੀਆ ਜ਼ਿੰਦਗੀ ਸੀ। ਅਤੇ ਇੱਕ ਦਿਨ ਇੱਥੇ ਅਮੈਰੀਕਾ ਆ ਗਏ ਅਤੇ ਸਾਰਾ ਕੁਝ ਹੀ ਅਪਸਾਈਡ ਡਾਊਨ ਹੋ ਗਿਆ। ਸੈਕਿੰਡ ਡੇ, ਪਹਿਲੀ ਰਾਤ ਅਮਰੀਕਾ 'ਚ ਆਏ, ਦੂਜੇ ਦਿਨ ਗੈਸ ਸਟੇਸ਼ਨ 'ਤੇ ਕੰਮ ਕਰਨਾ ਸ਼ੁਰੂ ਕਰਤਾ ਆਪਣੇ ਫਾਦਰ ਸਾਹਿਬ ਨਾਲ। ਉਹਨਾਂ ਦੀ ਸਾਡੇ ਤੋਂ ਥੋੜ੍ਹੀ ਦੇਰ ਪਹਿਲਾਂ ਆਏ ਸੀ, ਬੜੀ ਮਿਹਨਤ ਕੀਤੀ ਉਹਨਾਂ ਨੇ, ਪਰ ਸੈਡਲੀ ਉਹ ਮਿਹਨਤ ਵਿੱਚ ਉਹ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਸਕੇ। ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ, ਡਾਇਬੀਟੀਜ਼ ਵੀ ਆ ਕੇ ਉਹਨਾਂ ਨੂੰ ਡਾਇਗਨੋਸ ਹੋ ਗਈ ਅਮੈਰੀਕਾ 'ਚ, ਇੰਸ਼ੋਰੈਂਸ ਵੀ ਉਹਨਾਂ ਕੋਲ ਨਹੀਂ ਹੈਗੀ ਸੀ। ਇੱਦਾਂ ਹੀ ਮੇਰੇ ਚਾਚਾ ਜੀ ਸੀ, ਉਹਨਾਂ ਨੂੰ ਵੀ ਅਮੈਰੀਕਾ 'ਚ ਆ ਕੇ ਸਖਤ ਮਿਹਨਤਾਂ ਕੀਤੀਆਂ ਅਤੇ ਉਹ ਮਿਹਨਤਾਂ ਦੇ ਦੌਰਾਨ ਉਹਨਾਂ ਦੀ ਸਿਹਤ 'ਤੇ ਵੀ ਕਾਫੀ ਇਫੈਕਟ ਹੋਇਆ। ਜਦ ਤੱਕ ਅਸੀਂ ਅਮਰੀਕਾ 'ਚ ਆਏ, ਹੋਰ ਤਾਂ ਕੀ ਹੋਣਾ ਸੀ, ਸਾਡੇ ਫਾਦਰ ਸਾਹਿਬ ਵੀ ਬਿਮਾਰ, ਸਾਡੇ ਚਾਚਾ ਜੀ ਵੀ ਬਿਮਾਰ, ਅਤੇ ਸਾਡੇ ਕੋਲ ਹੋਰ ਕੋਈ ਹੱਲ ਹੀ ਨਹੀਂ ਸੀ ਕਿ ਜੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸਾਨੂੰ ਵੀ ਉਹਨਾਂ ਦੇ ਨਾਲ ਹੱਥ ਵਟਾਉਣਾ ਪੈਣਾ ਸੀ। ਅਤੇ ਮੈਨੂੰ ਹਜੇ ਵੀ ਯਾਦ ਹੈ ਕਿ ਮੇਰੇ ਹੱਥ ਕਾਰ ਦੀ ਨੋਜ਼ਲ ਤੱਕ ਨਹੀਂ ਪਹੁੰਚਦੇ ਸੀ ਅਤੇ ਮੈਂ ਉਹ ਗੈਸ ਪਾਉਂਦਾ ਹੁੰਦਾ ਸੀ। ਕਈ ਵਾਰੀ ਅਕਸਰ ਕੁਐਸਚਨ ਪੁੱਛਣਾ ਗੋਰਿਆਂ ਨੇ ਜਾਂ ਕਾਲਿਆਂ ਨੇ ਜਦੋਂ ਸਟੇਸ਼ਨ 'ਤੇ ਆਉਣਾ ਕਿ ਇਹ ਅਲਾਊਡ ਵੀ ਆ, ਮੈਂ ਕਿਹਾ ਇਹ ਤਾਂ ਅਲਾਊਡ ਹੈ, ਸਾਡੇ ਕਲਚਰ 'ਚ ਤਾਂ ਇੱਦਾਂ ਹੀ ਚੱਲਦਾ, ਖੁਸ਼ੀ ਨਾਲ ਅਸੀਂ ਕੰਮ ਕਰਦੇ ਹਾਂ, ਇਹ ਨਹੀਂ ਕਿ ਸਾਨੂੰ ਕਿਸੇ ਨੇ ਫੋਰਸ ਕੀਤਾ ਸੀ। ਸਾਡਾ ਇੱਕ ਕਲਚਰ ਆ ਕਿ ਚਲੋ ਸਕੂਲ ਜਾਣਾ, ਸਕੂਲ ਤੋਂ ਬਾਅਦ ਆ ਗਿਆ ਆਪਣੇ ਮਾਂ ਪਿਓ ਨਾਲ ਕੰਮ ਕਰਨਾ। ਪਰ ਉਹਨਾਂ ਦਾ ਜਿਹੜਾ ਉਹ ਦਰਦ ਸੀ, ਉਹ ਜਿਹੜੀਆਂ ਬਿਮਾਰੀਆਂ ਸੀ, ਮੈਨੂੰ ਅਜੇ ਵੀ ਯਾਦ, ਰਾਤ ਨੂੰ ਮੈਂ ਆਪਣੇ ਪਾਪਾ ਦੇ ਘਰਾੜੇ ਸੌਂਦਾ ਹੁੰਦਾ ਸੀ ਕਿ ਉਹ ਜਦੋਂ ਮੈਨੂੰ ਪਤਾ ਕਿ ਜਦ ਤੱਕ ਘਰਾੜੇ ਵੱਜਦੇ ਮੇਰੇ ਪਾਪਾ ਜ਼ਿੰਦਾ। ਇੰਨੀ ਜ਼ਿਆਦਾ ਦਰਦ ਸੀ ਉਹਨਾਂ ਦੀ ਲਾਈਫ ਵਿੱਚ ਕਿ ਮੈਨੂੰ ਸੌਣ ਤੋਂ ਪਹਿਲਾਂ ਕਈ ਵਾਰੀ ਭਰੋਸਾ ਨਹੀਂ ਹੁੰਦਾ ਸੀ ਕਿ ਕਿਤੇ ਇਹ ਨਾ ਹੋਵੇ ਰਾਤ ਨੂੰ ਕੁਛ ਹੋ ਜੇ। ਮੈਨੂੰ ਲੱਗਦਾ ਕਿ ਕੁਛ ਲੋਕ ਜੋ ਮੇਰੀ ਇਹ ਗੱਲ ਸੁਣ ਰਹੇ ਆ ਉਹ ਮਹਿਸੂਸ ਕਰ ਸਕਦੇ, ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕੀ ਕਹਿਣਾ ਚਾਹੁੰਦਾ, ਕਿ ਇੰਨਾ ਜ਼ਿਆਦਾ ਦਰਦ ਸੀ ਆਪਣੀ ਜ਼ਿੰਦਗੀ ਵਿੱਚ। ਅਤੇ ਬੜੇ ਲਾਚਾਰ ਹਾਂ ਕਿਉਂਕਿ ਪੈਸਾ ਵੀ ਨਹੀਂ ਸੀ, ਫਾਦਰ ਸਾਹਿਬ ਨੇ ਆਪਣੀ ਦਿਹਾੜੀ ਨਾ ਤੋੜਨੀ ਕਿ ਮੈਂ ਆਪਣੀ ਦਿਹਾੜੀ ਨਹੀਂ ਖਰਾਬ ਕਰ ਸਕਦਾ ਕਿ ਜੇ ਉਹ ਦਿਨ ਮੈਂ ਗੈਸ ਸਟੇਸ਼ਨ 'ਤੇ ਕੰਮ ਨਾ ਕੀਤਾ ਤਾਂ ਪੈਸੇ ਨਹੀਂ ਆਉਣੇ, ਅਗਲੇ ਦਿਨ ਬਿੱਲ ਕਿੱਦਾਂ ਦੇਣੇ ਆ, ਯੇ ਵੋ। ਅਤੇ ਬੜੇ ਹੈਲਪਲੈਸ ਫੀਲ ਕਰਦੇ ਸਾਂ, ਅਤੇ ਪਤਾ ਨਹੀਂ ਕਿੱਦਾਂ, ਚਲੋ ਰੱਬ ਦੀ ਕਿਰਪਾ ਹੋਈ ਅਤੇ ਅਸੀਂ ਡਾਕਟਰ ਬਣ ਗਏ। ਹਜੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਕਿੱਦਾਂ ਕਾਰਡੀਓਲੋਜਿਸਟ ਬਣ ਗਏ, ਅਤੇ ਹੁਣ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਦੀ ਸਾਨੂੰ ਪੋਸਟ ਮਿਲ ਗਈ ਆ। ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਕਦੀ ਸੁਪਨੇ 'ਚ ਵੀ ਅਸੀਂ ਸੋਚੀਆਂ ਨਹੀਂ ਸੀ, ਜਿਹੜੀਆਂ ਲੋਕ ਅਮਰੀਕਾ ਸ਼ਾਇਦ ਪੜ੍ਹ ਕੇ ਮਿਹਨਤਾਂ ਕਰਕੇ ਉੱਥੇ ਤੱਕ ਪਹੁੰਚਦੇ, ਅਸੀਂ ਰੱਬ ਦੀ ਦੁਆ ਨਾਲ ਲੱਗਦਾ ਇੱਦਾਂ ਪਹੁੰਚ ਗਏ ਹਾਂ, ਜਾਂ ਆਪਣੇ ਪਿੰਡ ਦੇ ਲੋਕਾਂ ਦੀ ਦੁਆ ਦੇ ਨਾਲ ਹੀ ਉੱਥੇ ਪਹੁੰਚ ਗਏ ਹਾਂ। ਪਰ ਹੁਣ ਇੰਨਾ ਮੈਨੂੰ ਯਕੀਨ ਹੈ ਜਾਂ ਮੈਨੂੰ ਇਹ ਚੀਜ਼ ਦੀ ਦਰਦ ਆ ਕਿ ਜਿਹੜੇ ਲੋਕ ਜਿੱਦਾਂ ਮੈਂ ਸਾਂ ਉਸ ਟਾਈਮ 'ਤੇ, ਉੱਦਾਂ ਇਸ ਵੇਲੇ ਅਮਰੀਕਾ 'ਚ ਹੋਰ ਵੀ ਲੋਕ ਨੇ। ਰੋਜ਼ ਅਮਰੀਕਾ 'ਚ ਲੋਕ ਆਉਂਦੇ ਨੇ, ਰੋਜ਼ ਇਮੀਗ੍ਰੈਂਟ ਆਉਂਦੇ ਨੇ, ਉਹਨਾਂ ਦੀਆਂ ਉਹੀ ਸਟਰਗਲਸ ਨੇ ਜੋ ਸਾਡੀਆਂ ਸਟਰਗਲ ਸੀ, ਜਿੱਦਾਂ ਅਸੀਂ ਜੀਏ ਹਾਂ, ਜਿਹੜੇ ਦਰਦਾਂ 'ਚੋਂ ਮੈਂ ਨਿਕਲਿਆ ਜਾਂ ਮੇਰੇ ਫਾਦਰ ਸਾਹਿਬ ਨਿਕਲੇ ਜਾਂ ਸਾਡੀ ਹੋਰ ਫੈਮਲੀ ਨਿਕਲੀ, ਉਹੀ ਦਰਦਾਂ 'ਚੋਂ ਉਹ ਨਿਕਲਦੇ ਆ। ਸ਼ਾਇਦ
ਜ਼ਰੂਰ ਉਸ ਵੇਲੇ ਉਸ ਕੋਈ ਲੋਕ ਹੋਣਗੇ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ, ਕਿਉਂਕਿ ਐਵੇਂ ਤਾਂ ਮੈਂ ਡਾਕਟਰ ਨਹੀਂ ਬਣ ਗਿਆ, ਜ਼ਰੂਰ ਕੋਈ ਲੋਕਾਂ ਦੇ ਆਸ਼ੀਰਵਾਦ ਨੇ, ਉਹਨਾਂ ਦੀਆਂ ਗੁੱਡ ਵਿਸ਼ਿਜ਼ ਨੇ, ਮੈਂ ਇੱਥੋਂ ਤੱਕ ਪਹੁੰਚਿਆ। ਅਤੇ ਇਹ ਮੇਰੀ ਰਿਸਪੋਂਸੀਬਿਲਟੀ ਬਣਦੀ ਆ ਕਿ ਮੈਂ ਆਪਣੀ ਕਮਿਊਨਿਟੀ ਲਈ ਉਹੀ ਕੁਛ ਕਰਾਂ, ਮੈਂ ਉਹਨਾਂ ਨੂੰ ਇੱਕ ਸੜਕ ਦੇ ਸਕਾਂ, ਨਿਆਣਿਆਂ ਨੂੰ ਉਹ ਰੋਡ ਦੇ ਸਕਾਂ ਜਿੱਥੇ ਮੈਂ ਤੁਰਿਆ ਸਾਂ, ਉਹ ਉੱਤੇ ਭੱਜ ਸਕਣ, ਜਿਹੜੇ ਪੱਥਰਾਂ 'ਤੇ ਮੈਂ ਤੁਰਿਆ ਸਾਂ ਉਹ ਮੈਂ ਪੱਥਰ ਤੋੜ ਸਕਾਂ ਕਿ ਉਹ ਪੱਥਰਾਂ 'ਤੇ ਉਹ ਜ਼ਮੀਨ ਉਹ ਸੜਕ ਬਣਾ ਸਕਣ। ਜੇ ਮੈਨੂੰ ਕੋਈ ਚੀਜ਼ ਲੱਗੀ, 10 ਸਾਲ ਲੱਗੇ ਮੈਨੂੰ ਡਾਕਟਰੀ ਕਰਨ ਨੂੰ ਜਾਂ 15 ਸਾਲ ਲੱਗੇ ਡਾਕਟਰੀ ਕਰਨ ਨੂੰ, ਉਹੀ ਡਾਕਟਰੀ ਉਹ 10 ਸਾਲਾਂ 'ਚ ਕਰ ਦੇਣ। ਸੋ ਇਹ ਵਿਸ਼ਵਾਸ ਨਾ, ਇਹ ਉਮੀਦ ਨਾਲ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ ਕਿ ਕਿੱਦਾਂ ਜਿਹੜੀਆਂ ਕੋਮਨ ਬਿਮਾਰੀਆਂ ਵਾ ਅਮੈਰੀਕਾ ਵਿੱਚ ਆਪਣੀ ਕਮਿਊਨਿਟੀ ਨੂੰ ਇਫੈਕਟ ਕਰਦੀਆਂ, ਉਹਨਾਂ ਬਾਰੇ ਤੁਹਾਨੂੰ ਦੱਸੀਏ। ਜਿਹੜਾ ਇੱਥੋਂ ਦਾ ਹੋਸਪਿਟਲ ਸਿਸਟਮ ਆ, ਉਹ ਜਿੱਦਾਂ ਉਹ ਦਿਹਾੜੀਆਂ ਦੀ ਗੱਲ ਕੀਤੀ ਸੀ, ਉਹ ਕਿੱਦਾਂ ਕਿ ਤੁਸੀਂ ਦਿਹਾੜੀ ਵੀ ਲਾ ਲਓ ਅਤੇ ਤੁਸੀਂ ਹੋਸਪਿਟਲ ਵੀ ਜਾ ਸਕੋ। ਉਹ ਜਿਹੜੇ ਬਿੱਲਾਂ ਤੋਂ ਅਸੀਂ ਡਰਦੇ ਸਾਂ, ਉਹ ਬਿੱਲਾਂ ਨੂੰ ਤੁਸੀਂ ਕਿੱਦਾਂ ਟੈਕਲ ਕਰ ਸਕਦੇ ਜੋ ਐਡੇ ਸੌਖੇ ਹੁਣ, ਮਤਲਬ ਕਿ ਹੁਣ ਜਦੋਂ ਮੈਂ ਆਪਣੀਆਂ ਪੁਰਾਣੇ ਟਾਈਮ ਸੋਚਦਾ, ਜਿਹੜੇ ਟਾਈਮ 'ਚੋਂ ਅਸੀਂ ਨਿਕਲੇ ਹਾਂ, ਕਿ ਕਿੰਨੇ ਸੌਖੇ ਹੱਲ ਸੀ ਜੇ ਕਿਸੇ ਨੇ ਦੱਸਿਆ ਹੀ ਹੁੰਦਾ ਜੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ 'ਚੋਂ ਅਸੀਂ ਸਫ਼ਰ ਕੀਤਾ, ਮੈਂ ਉਹ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦਾ ਕਿ ਜੇ ਇੱਥੋਂ ਦਾ ਹੋਸਪਿਟਲ ਸਿਸਟਮ, ਜੇ ਮੈਡੀਕੇਅਰ, ਮੈਡੀਕੇਡ, ਇਹ ਜਿਹੜਾ ਇੱਥੋਂ ਦੇ ਇੰਸ਼ੋਰੈਂਸ ਸਿਸਟਮ ਹੈ, ਕਿੱਦਾਂ ਕੰਮ ਕਰਦਾ। ਕਈ ਵਾਰੀ ਅਕਸਰ ਆਪਣੀ ਕਮਿਊਨਿਟੀ ਵਿੱਚ ਸਾਡੇ ਨਾਲ ਵੀ ਇੱਦਾਂ ਹੋਇਆ ਕਿ ਰੇਸਿਜ਼ਮ ਹੁੰਦਾ, ਤੁਸੀਂ ਡਾਕਟਰ ਦੇ ਆਫਿਸ ਜਾਂਦੇ ਹੋ, ਤੁਹਾਨੂੰ ਧਿਆਨ ਨਾਲ ਵੇਖਦਾ ਨਹੀਂ, ਤੁਹਾਡਾ ਧਿਆਨ ਨਾਲ ਬਲੱਡ ਪ੍ਰੈਸ਼ਰ ਨਹੀਂ ਚੈੱਕ ਕਰਦਾ, ਤੁਹਾਨੂੰ ਧਿਆਨ ਨਾਲ ਹੱਥ ਨਹੀਂ ਲਾਉਂਦਾ, ਕਿਉਂਕਿ ਤੁਹਾਡੇ ਹੱਥ ਉਹ ਕੰਮ ਕਰਨ ਵਾਲੇ ਬੰਦੇ ਵਾਂਗੂ ਉਹ ਗੰਦੇ ਹੁੰਦੇ ਆ, ਉਹ ਗੈਸ ਨਾਲ ਲਿਬੜੇ ਹੁੰਦੇ ਆ, ਉਹ ਸਹੀ ਨਹੀਂ ਆ। ਉਹ ਵੀ ਡਾਕਟਰ, ਉਹ ਡਾਕਟਰ ਨਹੀਂ ਆ, ਕਿਉਂਕਿ ਡਾਕਟਰ ਦਾ ਕੰਮ ਇਸ ਜ਼ਮੀਨ 'ਤੇ ਰੱਬ ਦਾ ਹੁੰਦਾ, ਅਤੇ ਜੋ ਆਪਣੀ ਪੇਸ਼ੈਂਟ ਦੀ ਟੇਕ ਕੇਅਰ ਨਹੀਂ ਕਰਦਾ, ਤਾਂ ਉਹ ਡਾਕਟਰ ਡਾਕਟਰ ਨਹੀਂ ਆ। ਸੋ ਮੈਂ ਤੁਹਾਨੂੰ ਜਾਂ ਅਸੀਂ ਆਪਣੇ ਸ਼ੋਅ ਦੇ ਦਰਮਿਆਨ ਤੁਹਾਨੂੰ ਇਹ ਚੀਜ਼ਾਂ ਦੱਸਾਂਗੇ ਕਿ ਕਿੱਦਾਂ ਤੁਸੀਂ ਇੱਕ ਸਟਰੋਂਗ ਪੇਸ਼ੈਂਟ ਬਣ ਸਕੋ, ਕਿ ਤੁਸੀਂ ਵੱਧ ਤੋਂ ਵੱਧ ਇਸ ਸਿਸਟਮ ਵਿੱਚੋਂ ਐਕਸਟਰੈਕਟ ਕਰ ਸਕੋ, ਲੈ ਸਕੋ ਕਿ ਜੋ ਤੁਹਾਡੇ ਰਾਈਟਸ ਆ। ਗੱਲ ਕਰਾਂਗੇ ਆਪਣੇ ਨਿਆਣਿਆਂ ਲਈ, ਅਸੀਂ ਇੱਥੋਂ ਟੌਪ ਰੀਸਰਚਰ ਲੈ ਕੇ ਆਵਾਂਗੇ ਅਮੈਰੀਕਾ ਦੇ, ਟੌਪ ਡਾਕਟਰ ਲੈ ਕੇ ਆਵਾਂਗੇ ਅਮੈਰੀਕਾ ਦੇ, ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨਗੇ ਕਿ ਤੁਹਾਡੇ ਨਿਆਣੇ ਡਾਕਟਰ ਕਿੱਦਾਂ ਬਣ ਸਕਦੇ ਆ, ਉਹ ਕਿੱਦਾਂ ਰੀਸਰਚਰ ਬਣ ਸਕਦੇ ਆ, ਉਹ ਕਿੱਦਾਂ ਅਮੈਰੀਕਾ ਦੇ ਟੌਪ ਯੂਨੀਵਰਸਿਟੀਆਂ ਵਿੱਚ ਜਾ ਸਕਦੇ ਆ। ਜੋ ਚੀਜ਼ਾਂ ਸ਼ਾਇਦ ਉਦੋਂ ਮੇਰੇ ਕੋਲ ਨਹੀਂ ਸੀ, ਪਰ ਮੈਂ ਹੁਣ ਮੇਰੇ ਕੋਲ ਹੈਗੀਆਂ, ਕਿਉਂਕਿ ਹੁਣ ਅਜੇ ਅਸੀਂ ਨਿਆਣੇ ਦੀ ਹੈਲਪ ਕਰਦੇ ਹਾਂ, ਰੈਜੀਡੈਂਸੀਆਂ ਲੈਣ 'ਚ, ਫੈਲੋਸ਼ਿਪਾਂ ਲੈਣ 'ਚ, ਮੈਡੀਕਲ ਸਕੂਲ ਤੱਕ ਪਹੁੰਚਣ 'ਚ, ਹੁਣ ਸਾਡੇ ਕੋਲ ਚੀਜ਼ਾਂ ਹੈਗੀਆਂ, ਸਾਨੂੰ ਉਹ ਪਤਾ ਹੋ ਕਿ ਉਹ ਕਿੱਦਾਂ ਸੜਕ, ਕਿਉਂਕਿ ਅਸੀਂ ਉਹ ਹੀ ਸੜਕਾਂ ਤੋਂ ਨਿਕਲੇ ਹਾਂ। ਸੋ ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਜਿਹੜੀ ਅਮੈਰੀਕਾ 'ਚ ਆ ਉਹਦੀ ਹੈਲਪ ਕਰੀਏ, ਜਿਹੜੀ ਕੈਨੇਡਾ 'ਚ ਆ ਉਹਦੀ ਹੈਲਪ ਕਰੀਏ, ਅਤੇ ਜਿਹੜੇ ਸਾਡੇ ਨਿਆਣੇ ਪਿੱਛੇ ਆ, ਜਿਹੜੇ ਸਾਡੇ ਪੇਸ਼ੈਂਟਸ ਪਿੱਛੇ ਆ, ਜਾਂ ਪੰਜਾਬ 'ਚ ਜਿਹੜੇ ਪੇਸ਼ੈਂਟ, ਉਹਨਾਂ ਦੀ ਵੀ ਹੈਲਪ ਕਰੀਏ, ਭਾਵੇਂ ਜਿਹੜੇ ਅਸੀਂ ਕੈਂਪ ਲਾਉਂਦੇ ਹਾਂ ਪੰਜਾਬ 'ਚ ਉਹਨਾਂ ਦੇ ਥਰੂ, ਜਾਂ ਜਿਹੜੇ ਨਿਆਣੇ ਆ ਉਹਨਾਂ ਨੂੰ ਗਾਈਡੈਂਸ ਦੇ ਕੇ USMLE ਦੀ, USMLE 2 ਦੀ ਰੀਸਰਚ ਦੀ, ਉਹਦੇ ਥਰੂ। ਸੋ ਇਹ ਸਾਡਾ ਸ਼ੋਅ ਆ, ਅਤੇ ਅਸੀਂ ਹੋਪ ਕਰਦੇ ਹਾਂ ਕਿ ਤੁਸੀਂ ਇਹ ਸ਼ੋਅ ਨੂੰ ਇੰਜੋਏ ਕਰੋਗੇ, ਲਾਈਕ ਕਰੋਗੇ। ਯਾਦ ਰੱਖੋ, ਤੁਸੀਂ ਕਦੀ ਵੀ ਸਾਨੂੰ ਫੀਡਬੈਕ ਦੇ ਸਕਦੇ ਜੋ ਮੇਰੇ ਈਮੇਲ 'ਤੇ drswaiman@justbroadcasting.com। ਤੁਹਾਡੀ ਜਿਹੜੀ ਹਰ ਇੱਕ ਫੀਡਬੈਕ ਹੋਊਗੀ ਉਹ ਅਸੀਂ ਵੇਖਾਂਗੇ, ਅਤੇ ਟਰਾਈ ਕਰਾਂਗੇ ਜਿਹੜੇ ਜਿਹੜੇ ਇਸ਼ੂਜ਼ ਤੁਹਾਨੂੰ ਅਫੈਕਟ ਕਰਦੇ ਆ ਉਹਨਾਂ ਨੂੰ ਇਸ ਸ਼ੋਅ 'ਤੇ ਲੈ ਕੇ ਆਉਣ ਦੀ। ਚਲੋ, ਕਾਫੀ ਹੁਣ ਇਮੋਸ਼ਨਲ ਗੱਲਾਂ ਹੋ ਗਈਆਂ, ਹੁਣ ਰੋਣ ਤੋਂ ਦੂਰ ਹੋਈਏ ਅਤੇ ਕੋਈ ਕੰਮ ਦੀ ਗੱਲ ਕਰਾਂਗੇ। ਸੋ ਪਹਿਲਾਂ ਬ੍ਰੇਕ ਲੈ ਲਈਏ, ਅਤੇ ਬ੍ਰੇਕ ਲੈ ਕੇ ਮੈਂ ਵੀ ਪਾਣੀ ਪੂਣੀ ਪੀ ਲਾਂ, ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਵੈਲਕਮ ਬੈਕ, ਤੁਸੀਂ ਵੇਖ ਰਹੇ ਹੋ ਰੋਡ ਟੂ ਮੈਡੀਸਨ। ਸੋ ਆਪਾਂ ਪਹਿਲੇ ਆਪ 'ਚ ਗੱਲ ਕੀਤੀ ਕਿ ਮੈਂ ਕਿਉਂ ਡਾਕਟਰ ਬਣਿਆ, ਹੁਣ ਦੂਜੇ ਆਪ 'ਚ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਕੀ ਚੀਜ਼ਾਂ ਜ਼ਰੂਰੀ ਆ ਕਿ ਤੁਸੀਂ ਅਮੈਰੀਕਾ ਦੇ ਸਿਸਟਮ ਦਾ ਫਾਇਦਾ ਲੈ ਸਕਦੇ ਜੋ। ਪਹਿਲੀ ਗੱਲ ਜਿਹੜੀ ਅਕਸਰ ਆਪਣੀ ਕਮਿਊਨਿਟੀ 'ਚ ਮੈਂ ਵੇਖਦਾ ਕਿ ਲੋਕ ਡਾਕਟਰ ਕੋਲ ਨਹੀਂ ਜਾਂਦੇ। ਵੇਖੋ, ਜੇ ਤੁਸੀਂ ਡਾਕਟਰ ਕੋਲ ਨਹੀਂ ਜਾਓਗੇ, ਜੇ ਤੁਸੀਂ ਡਰਦੇ ਰਹੋਗੇ ਕਿ ਮੈਨੂੰ ਕਿਤੇ ਬਿਮਾਰੀ ਨਾ ਨਿਕਲ ਆਵੇ, ਤਾਂ ਯੂਜਲੀ ਟੂ ਲੇਟ ਹੋ ਜਾਂਦਾ। ਸੋ ਯੂ ਨੋ, ਕੋਈ ਵੀ ਬਿਮਾਰੀ ਆ ਉਹਦੇ 3 ਮੇਨ ਰੀਜ਼ਨ ਹੁੰਦੇ ਆ। ਇੱਕ ਤਾਂ ਜੈਨੈਟਿਕ, ਮਤਲਬ ਕਿ ਪਰਿਵਾਰ ਦੇ ਕੋਈ ਪ੍ਰੋਬਲਮ ਸੀ, ਇੱਕ ਤੁਹਾਡੀ ਇਨਵਾਇਰਮੈਂਟ, ਪਰ ਸਭ ਤੋਂ ਇੰਪੋਰਟੈਂਟ ਜਿਹੜਾ ਰੀਜ਼ਨ ਆ ਕਿ ਕੋਈ ਵੀ ਬਿਮਾਰੀ ਹੁੰਦੀ ਆ, ਉਹ ਆ ਤੁਹਾਡਾ ਬਿਹੇਵੀਅਰ। ਤੁਸੀਂ ਖਾਂਦੇ ਪੀਂਦੇ ਜੋ ਜ਼ਿਆਦਾ, ਤੁਸੀਂ ਐਕਸਰਸਾਈਜ਼ ਨਹੀਂ ਕਰਦੇ, ਤੁਸੀਂ ਬੈਠੇ ਰਹਿੰਦੇ ਜੋ, ਸਟ੍ਰੈਸ ਜ਼ਿਆਦਾ ਲੈਂਦੇ ਜੋ, ਸੌਂਦੇ ਨਹੀਂ ਜੋ ਪੂਰਾ, ਉਹ ਸਾਰੇ ਬਿਹੇਵੀਅਰ ਦੀਆਂ ਚੀਜ਼ਾਂ ਜਿਹੜੀਆਂ ਈਜ਼ਲੀ ਮੋਡੀਫਾਈਬਲ ਆ, ਜਿਹੜੀਆਂ ਅਸੀਂ ਈਜ਼ਲੀ ਚੇਂਜ ਕਰ ਸਕਦੇ ਹਾਂ, ਦਵਾਈ ਦੀ ਵੀ ਲੋੜ ਨਹੀਂ, ਪਰ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਆ। ਇਸ ਲਈ ਮੈਂ ਸਾਰੀ ਪੰਜਾਬੀ ਕਮਿਊਨਿਟੀ ਨੂੰ ਅਰਜ਼ ਕਰੂੰਗਾ
कि हर एक साल एटलीस्ट एक बार अपने फैमिली मेडिसिन या इंटरनल मेडिसिन या भावे कार्डियोलॉजिस्ट ही होवे उसको जरूर जाओ, क्योंकि डॉक्टर की पढ़ाई है वेखो 15-15 साल की पढ़ाई है अं इतों तक पहुँचे हाँ। वह कोई रीज़न आ, सानू फार्मास्यूटिकल कंपनियां नहीं पे कर दिया, सानू फार्मास्यूटिकल कंपनियां नहीं पैसे दें दिया। कई अक्सर पंजाबी कम्यूनिटी उन्होंने ये लगता कि डॉक्टरों को फार्मास्यूटिकल कंपनियों को पैसे मिल रहे, वह दवाइया लैन दे उन्होंने पैसे मिलते हैं। मैं तुम दसदा ये चीज़ा अमेरिका अलाउड नहीं आ। जे कोई 15 साल मेहनत करता वा, कोई डॉक्टर बनता वा, वो फार्मास्यूटिकल कंपनियों को पैसे लैन लिए नहीं बनता। जे जे असी एग्जाम दिन रात किए आ, 22-22 घंटे तक अं पढ़ाइया कीतियां, एक दिन 2-2 घंटे सौं के इतों तक पहुँचे हैं, वो सेवा कर ली पहुँचे हैं। सो डॉक्टर नू इन्नी छेती ना ब्रश ऑफ कर दिया करो कि ये एवें ही आ, ये एवें दवाइया दे जाते, सानू कोई पैसे नहीं दे दिया दवाइया दे दे। वो जिहड़ियां दवाइया वा वो दवाइया के पिछे 20-20 साल की रिसर्च है। तुहानू पता जे अमेरिका कोई दवाई अपरूव होने तो पहला उन्हों पूरे वड्डे वड्डे टैसटा चो जाना पैंदा, रिसर्च चो जाना पैंदा, वो पेशेंट्स ते हुंदी आ, सूरां ते हुंदी आ, चूहियां ते हुंदी आ। कितें 20 साल बाद जाके वो ड्रग अपरूव हुंदा, एवें नहीं कोई ड्रग अपरूव कर दें इतों की जी गवर्नमेंट आ। सो जो कोई ड्रग मार्केट से आता वा तो संतुष्ट हो कि हाँ वो पिछे प्रॉपर रिसर्च हुई आ। बेशक जरूर ऐसा चीज़ा जरूर होंदिया, कई बार कोई ड्रग मार्केट से आते हैं तो बाद चो पता लगता कि वह कोई साइड इफेक्ट से जोड़ा कुछ ज़्यादा सी, ठीक है। पर भी सर्वेलेंस होंगी है, तो इतने आते हैं जी सरकार आ, वो एक इतने चीज़ जिन्होंने आने पोस्ट मार्केट सर्वेलेंस। जो भी कोई चीज़ कोई मार्केट से रिलीज होंगी है, भावें दवाई है भावें कोई डिवाइस आ साडे कार्डियोलॉजी, वो जरूर सर्वेलेंस होंगी है कि जो पेशेंट दवाई लै रहा वो जे तुम कुछ रिपोर्ट कर दे जो FDA नू, वो डॉक्टर्स तो आँदी है, वो फार्मास्यूटिकल कंपनीज़ नू पता लगता भी ताडे ड्रग च ये चीज़ माड़ी पाई गई है, उस वेले मार्केट चो कढ दिंदे आ। सो अपने डॉक्टर्स ते ट्रस्ट करो, बड़ी मेहनत ना उत्थों तक पहुँचे आ, तुहानू तुहाडी सेवा करन लई उत्थों तक पहुँचे आ। कभी भी कोई डॉक्टर लालच लई नहीं डॉक्टरी कर सकता, जिन्नी मेहनत अमेरिका च करनी पैंदी आ ना, जिन्ने साल तुहानू लाउणे पैंदे इत्थों तक पहुँचण लई, लालची बंदे विच ही रह जांदे आ, वो विच ही इधर उधर हो जांदे आ। सो एंड तक पहुँचण लई जे तुसीं हुण कार्डियोलॉजी कर रहे हो, कार्डियोलॉजी तों अगे तुसीं की पता की करना, वो तक पहुँचण लई तुहाडी तुहानू कुछ तुहाडे अंदर कुछ होगा तो फिर ही तुसीं उत्थों तक पहुँचदे जो। सो प्लीज़ ट्रस्ट योर डॉक्टर्स, हर एक साल डॉक्टर को जाओ तो वो रिलेशनशिप बनाओ, बहुत जरूरी आ, क्योंकि पहली विजिट तो कोई भी डॉक्टर आ पूरा टाइम देता पेशेंट नूं, वो वेखदा कि ये पेशेंट मेरी सुनदा कि नहीं। दूजी विजिट तो जो तुम जाओगे तो जे तुम वो चीज़ा जो डॉक्टर तुम्हें कहता वो ना कीतियां हुई तो वो तुहाडे ते ट्रस्ट लूज़ कर जाता। सो सुनो तुहाडा डॉक्टर तुहानूं की कहन दिया, उहदी मन्नो, वापस जाओ उहनूं विखाओ कि तुसीं आ कीता वा। इंडियन कम्यूनिटी का इहो ही बहुत वधिया पेशेंट आ, बड़ी रिस्पैक्ट देंदे डॉक्टर्स नूं, पर उन्हां दी इहो ही एक कॉमन प्रॉब्लम आ कि वो पहली गल तो फॉलोअप नहीं करते, एक बार जो बीमारी होंगी उदो आ जाते, उस तो बाद आते ही नहीं कि अं तो ठीक हाँ। चलो मैं अंडरसटैंड करता, मैं भी रीज़न दिते ही साढ़े कि दिहाड़ियाँ नहीं तोड़ना चाहता बंदा ये वो, पर तुहाडी सेहत तुहाडी सब तो जरूरी आ। मैडिसन च ये गल बहुत कही जाती है कि जिहड़ियां जिद्दां तुसीं अपनी जिंदगी पहले 50 साल जींदे हो ना, उहो ही डिसाइड करता कि 50 साल अगले तुहाडी लाइफ किहो जी होनी आ, किहड़ियां बीमारियां तुसीं फेस होना। क्योंकि यंग उम्र से तुहानूं पता नहीं लगता, हुण अहीं भी बहुत घट सौंदे हाँ जो कॉलेज हाँ जां पहलां पढ़दे हाँ जां अपना काम करदे हाँ जां मैडिकल स्कूल जां हुणे रेजिडेंसी जदों कीती उदों भी कोई नींद दा कोई रखिया ही नहीं, पर मैनूं पता कि उह हुण रियलाइज़ हुंदा कि उह चीज़ ने सानूं अफैक्ट करना वड्डी उम्र च। सो नींद बहुत जरूरी आ, अपनी सेहत का ख्याल रखो, क्योंकि तुहाडे कल ग्रैंड किड्स होणे आ, तुहाडे किड्स होणे आ, तुहाडे ग्रेट ग्रैंड किड्स होणे आ, उन्होंने इंजॉय कर ली ताकि सेहत उदों तक बनी रहे, पर तुसी अपनी जिंदगी पहले 50 साल किदा जींदे जो वो चीज़ ने उन्होंने डिकटेट करना। तुसी अपनी दवाइया प्रॉपर्टी लिया, तुसी डॉक्टर को अपना ब्लड प्रेशर चेक कराया, तुसी अपनी डायबिटीज़ कंट्रोल च रखी, वो सारिया चीज़ा बहुत जरूरी आ। बाकी एक होर वड्डी गल, अपने गुरुद्वार च आप बहुत ज़्यादा इशूज़ लैके आने, जिहड़े कई डॉक्टर भी आ वो होर इशूज़ ज़्यादा कॉन्सनट्रेट करते हैं, पर आ व्हाट अबाउट एवरी चीज़। Over 100 million Americans नू hypertension आ, Over 10% of American population नू diabetes आ, विचों अपने अपने लोगों भी बहुत ज़्यादा। आप कदों डिस्कस करना, कदों आपां अपने गुरुद्वार कैंप लाने मेडिकल कैंप, कदों आपां जिहड़े अपने नर्सा आउंदियां वा जां NPs आउंदे आ जां डॉक्टर्स आउंदे आ, उन्हां नू कहना भई साडे गुरुद्वारे च एक स्क्रीनिंग कैंप लाओ। मैं नहीं कहना कोई वड्डा कैंप, बस स्क्रीनिंग कैंप तो लाओ, तुहाडी कम्यूनिटी इकट्ठी होगी,
ਆਪਣੀ ਕਮਿਊਨਿਟੀ ਨੂੰ ਇਕੱਠੇ ਕਰੋ, ਜੇ ਤੁਸੀਂ ਕਾਰਟਰੇਟ ਜੋ ਜਾਂ ਤੁਸੀਂ ਲੋਸ ਐਂਜਲਸ ਜੋ ਜਾਂ ਤੁਸੀਂ ਸੈਨ ਫ੍ਰਾਂਸਿਸਕੋ ਜੋ ਕੈਨੇਡਾ ਆਪਣੇ ਸਰੀ 'ਚ ਜੋ ਉੱਥੇ ਇਕੱਠੇ ਹੋ, ਵੇਖੋ ਤੁਹਾਡੀ ਤੁਹਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਅਫੈਕਟ ਕਰਨਦੀਆਂ। ਆਪਣੇ ਕਾਉਂਸਲਮੈਨ ਕੋਲ ਜਾਓ, ਆਪਣੇ ਸੈਨੇਟਰਸ ਕੋਲ ਜਾਓ, ਆਪਣੇ MPs ਕੋਲ ਜਾਓ, ਉਹਨਾਂ ਨੂੰ ਕਹੋ ਸਾਨੂੰ ਇਹ ਚਾਹੀਦਾ। ਨਿਊ ਜਰਸੀ 'ਚ ਬੜੀ ਖੁਸ਼ੀ ਆ ਜਦੋਂ ਮੈਨੂੰ ਪਤਾ ਲੱਗਾ ਕਿ ਇੱਥੇ ਇੱਕ ਹੈਲਥ ਸੈਂਟਰ ਬਣਾਇਆ ਗਿਆ ਬਜ਼ੁਰਗਾਂ ਲਈ। ਇੱਦਾਂ ਹੀ ਸਰੀ ਵਿੱਚ ਆ, ਇੱਦਾਂ ਹੀ ਹੋਰ ਕੈਨੇਡਾ 'ਚ ਬਹੁਤ ਜ਼ਿਆਦਾ ਜਗ੍ਹਾ 'ਚ ਆ, ਹੁਣ ਇਹ ਸਿਆਟਲ 'ਚ ਉਹਨਾਂ ਨੇ ਬਣਾਇਆ। ਸੋ ਬਹੁਤ ਖੁਸ਼ੀ ਹੁੰਦੀ ਜਦੋਂ ਇਹੋ ਜਿਹੀਆਂ ਚੀਜ਼ਾਂ ਆਪਣੇ ਬਜ਼ੁਰਗਾਂ ਲਈ ਬਣਦੀਆਂ, ਪਰ ਉਹ ਆਪਣੇ ਉੱਪਰ ਆ। ਆਪਾਂ ਇਕੱਠੇ ਹੋਈਏ, ਜਿਹੜੀਆਂ ਅਸਲੀ ਮੁੱਦੇ ਆਪਣੀ ਕਮਿਊਨਿਟੀ ਨੂੰ ਇਫੈਕਟ ਕਰਨ ਦੇ, ਐਜੂਕੇਸ਼ਨ, ਹੈਲਥ, ਉਹਨਾਂ ਨੂੰ ਆਪਾਂ ਪਿੱਛੇ ਨਾ ਲੈ ਕੇ ਜਾਈਏ, ਉਹ ਆਪਣੇ ਸੈਨੇਟਰਸ ਤੱਕ ਲੈ ਕੇ ਜਾਈਏ, ਉਹ ਆਪਣੇ ਗਵਰਨਰਸ ਤੱਕ ਲੈ ਕੇ ਜਾਈਏ ਇਕੱਠੇ ਹੋ ਕੇ, ਉਹ ਉਦੋਂ ਹੀ ਆਪਾਂ ਅੱਗੇ ਲੈ ਕੇ ਆ ਸਕਦੇ ਜਦੋਂ ਆਪਾਂ ਇਕੱਠੇ ਹੋਵਾਂਗੇ। ਅਤੇ ਇਕੱਠੇ ਮੈਨੂੰ ਲੱਗਦਾ ਆਪਾਂ ਜ਼ਿਆਦਾ ਗੁਰਦੁਆਰੇ 'ਚ ਹੀ ਹੁੰਦੇ ਹਾਂ। ਸੋ ਗੁਰਦੁਆਰੇ ਦੇ ਜਿਹੜੇ ਆਪਣੇ ਹੈੱਡ ਆ ਉਹਨਾਂ ਨੂੰ ਜ਼ਰੂਰ ਕਹੋ ਕਿ ਥੋੜ੍ਹਾ ਬਹੁਤਾ ਧਿਆਨ ਪੜ੍ਹਾਈ ਵੱਲ ਦੇਣ, ਨਿਆਣਿਆਂ ਦੀ ਪੜ੍ਹਾਈ ਵੱਲ ਦੇਣ, ਆਪਣੀ ਜਿਹੜੀ ਮੈਡੀਸਨ ਹੈ ਉਹਦੇ ਵੱਲ ਦੇਣ, ਠੀਕ ਆ। ਸੋ ਦਿਸ ਇਜ਼, ਤੁਹਾਨੂੰ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਆਪਣਾ ਜਿਹੜਾ ਸ਼ੋ ਆ ਉਹ ਕਿਹੋ ਜਿਹਾ ਹੋਣਾ, ਠੀਕ ਆ। ਐਨੀਵੇ, ਟਿਪਸ ਡਿਸਕਸ ਕਰਦੇ ਹਾਂ ਲੰਬੀ ਜ਼ਿੰਦਗੀ ਦੇ ਲਈ। ਹੁਣ ਸ਼ੋ ਖਤਮ ਹੋਣ ਦਾ ਟਾਈਮ ਕਾਫੀ ਕੋਲ ਆ ਗਿਆ, ਸੋ ਮੈਂ ਥੋੜ੍ਹੇ ਜਿਹੇ ਟਿਪਸ ਇਹ ਜੀ ਚੀਜ਼ਾਂ ਡਿਸਕਸ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਗਰੰਟੀ ਕਰਨਗੀਆਂ ਸਾਨੂੰ ਡਾਕਟਰੀ ਵਿੱਚ ਪਤਾ ਹੁੰਦਾ, ਅਤੇ ਅਸੀਂ ਹਰ ਇੱਕ ਪੇਸ਼ੈਂਟ ਨੂੰ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਅਸੀਂ ਦੱਸ ਸਕੀਏ। ਅਤੇ ਅੱਜ ਮੈਂ ਸਾਰੇ ਆਪਣੇ ਆਡੀਅੰਸ ਨੂੰ ਦੱਸਣਾ ਚਾਹੁੰਦਾ, ਇਹ ਚੀਜ਼ਾਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। 7 ਟਿਪਸ ਜਿਹੜੇ ਗਰੰਟੀ ਆ, ਜੇ ਤੁਸੀਂ ਇਹ ਫੋਲੋ ਕਰੋਗੇ, ਰੋਜ਼ ਫੋਲੋ ਕਰੋਗੇ, ਤਾਂ ਤੁਹਾਡੀ ਜ਼ਿੰਦਗੀ ਹੋਰ ਖੁਸ਼ਹਾਲ ਹੋਊਗੀ, ਤੁਸੀਂ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਜੋ। ਸੋ ਪਹਿਲੀ ਗੱਲ ਇਹ, ਇਹ ਕਾਮਨ ਇੱਕ ਕੋਟ ਆ, ਲਾਈਫ ਇਜ਼ ਨਾਟ ਅ ਡੈਸਟੀਨੇਸ਼ਨ, ਇਟਸ ਅ ਜਰਨੀ। ਜੇ ਤੁਸੀਂ ਕੁਛ ਖਾਂਦੇ ਜੋ, ਜੇ ਤੁਸੀਂ ਕੋਈ ਦਵਾਈ ਲੈਂਦੇ ਜੋ, ਜੇ ਤੁਸੀਂ ਜਿਮ ਜਾਂਦੇ ਜੋ, ਕੋਈ ਵੀ ਚੀਜ਼ ਜਿਹੜੀ ਆ ਉਹ ਡੈਸਟੀਨੇਸ਼ਨ ਨਹੀਂ ਆ। ਇਹ ਨਹੀਂ ਕਿ ਇੱਕ ਹਫ਼ਤਾ ਕਰ ਲਈ ਅਤੇ ਬਾਅਦ 'ਚੋਂ ਛੱਡਤੀ, ਕਿਉਂਕਿ ਉਹਦਾ ਕੋਈ ਫਾਇਦਾ ਨਹੀਂ। ਹਰ ਇੱਕ ਚੀਜ਼ ਜਰਨੀ ਆ, ਜੇ ਤੁਹਾਡੀ ਪੜ੍ਹਾਈ ਆ, ਜੇ ਤੁਹਾਡਾ ਕੰਮ ਆ, ਉਹਨੂੰ ਐਜ਼ ਅ ਜਰਨੀ ਇੰਜੋਏ ਕਰੋ। ਹੁਣ ਅਸੀਂ ਆ, ਮੈਨੂੰ ਪਤਾ ਫਾਦਰ ਸਾਹਿਬ ਹੋਣਾਂ ਨੇ, ਚਾਚਾ ਜੀ ਹੋਣਾਂ ਨੇ ਜਦੋਂ ਇੱਥੇ ਅਮੈਰੀਕਾ 'ਚ ਆਏ, ਉਹ ਇੱਦਾਂ ਜ਼ਿੰਦਗੀ ਜੀ ਕਿ ਜਿੱਦਾਂ ਪਤਾ ਨਹੀਂ ਮੂਨ 'ਤੇ ਪਹੁੰਚ ਜਾਣਾ। ਮਤਲਬ ਕਿ ਜਿਹੜਾ ਬੰਦਾ 50 ਸਾਲਾਂ 'ਚ ਕੰਮ ਕਰਦਾ, ਉਹਨਾਂ ਨੇ 2-2 ਸਾਲਾਂ 'ਚ ਕੀਤਾ, ਪਰ ਫਿਰ ਕੀ ਹੁੰਦਾ ਜੇ ਉਹ ਥੋੜ੍ਹਾ ਜਿਹਾ ਸਲੋਅ ਕਰ ਦਿੰਦੇ ਤੇ। ਸੋ ਸਲੋਅ ਡਾਊਨ, ਲਾਈਫ ਨੂੰ ਇੰਜੋਏ ਕਰੋ, ਥੋੜ੍ਹਾ ਜਿਹਾ ਟਾਈਮ ਆਪਣੇ ਲਈ ਵੀ ਕੱਢੋ, ਜਿਮ ਜਾਓ, ਅਤੇ ਜਿਹੜੀ ਚੀਜ਼ ਤੁਸੀਂ ਕਰਦੇ ਜੋ ਉਹਨੂੰ ਕੰਸਿਸਟੈਂਟਲੀ ਰੋਜ਼ ਕਰੋ। ਨੰਬਰ 2, ਐਕਸਰਸਾਈਜ਼ ਬਹੁਤ ਜ਼ਰੂਰੀ ਆ ਤੁਹਾਡੀ ਮੈਂਟਲ ਹੈਲਥ ਲਈ, ਯੋਗਾ, ਜਿਮ ਜਾਣਾ। ਹੁਣ ਕਈਆਂ ਨੂੰ ਇਹ ਵੀ ਨਹੀਂ ਪਤਾ ਹੋਊਗਾ ਕਿ ਕਈ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਇੰਸ਼ੋਰੈਂਸ ਦੇ ਥਰੂ ਫ੍ਰੀ ਜਿਮ ਦੀ ਕਵਰੇਜ ਦਿੰਦੀਆਂ। ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰੋ ਕਿ ਮੈਨੂੰ ਜਿਮ ਮੈਂਬਰਸ਼ਿਪ ਮਿਲ ਸਕਦੀ ਆ। ਕਈਆਂ ਦਾ ਤਾਂ ਇਹ ਵੀ ਆ ਕਿ ਜੇ ਤੁਸੀਂ ਜਿਮ ਜਾਂਦੇ ਜੋ ਤੁਹਾਨੂੰ ਡਿਸਕਾਊਂਟ ਮਿਲਦਾ ਵਾ ਤੁਹਾਡੀ ਇੰਸ਼ੋਰੈਂਸ 'ਤੇ। ਸੋ ਪਲੀਜ਼, ਜਿਮ ਜਿਹੜੀ ਐਕਸਰਸਾਈਜ਼ ਆ ਉਹ ਡਾਇਬੀਟੀਜ਼ ਤੋਂ ਬਚਾਉਂਦੀ ਆ, ਡਾਇਬੀਟੀਜ਼ ਦਾ ਕਿਓਰ ਆ, ਠੀਕ ਆ, ਬਲੱਡ ਪ੍ਰੈਸ਼ਰ ਤੋਂ ਬਚਾਉਂਦੀ ਆ, ਬਲੱਡ ਪ੍ਰੈਸ਼ਰ ਦਾ ਕਿਓਰ ਆ। ਸੋ ਐਕਸਰਸਾਈਜ਼ ਕਰੋ। ਨੰਬਰ 3, ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਨੂੰ ਹਰ ਇੱਕ ਸਾਲ ਮੈਜਰ ਕਰੋ ਕਿ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤਾਂ ਨਹੀਂ। ਇਹ ਆਪਾਂ ਆਪਣੇ ਆਉਣ ਵਾਲੇ ਸ਼ੋਅ 'ਚ ਡਿਸਕਸ ਕਰਾਂਗੇ, ਪਰ ਬਲੱਡ ਪ੍ਰੈਸ਼ਰ ਐਸੀ ਚੀਜ਼ ਆ ਕਿ ਜੇ ਤੁਸੀਂ ਇਹਨੂੰ ਕੰਟਰੋਲ ਕਰ ਲੈਣਾ, ਤੁਹਾਡਾ ਹਾਰਟ ਫੇਲੀਅਰ ਹੋਣ ਦੇ ਚਾਂਸ 50% ਘੱਟ ਜਾਂਦੇ ਆ। ਸਟ੍ਰੋਕ, ਕਿ ਜੇ ਤੁਹਾਡਾ ਇੱਕ ਪਾਸਾ ਜਿਹੜਾ ਕਈਆਂ ਦਾ ਰਹਿ ਜਾਂਦਾ, ਉਹਦੇ ਚਾਂਸਿਸ 40% ਘੱਟ ਜਾਂਦੇ ਆ। ਹਾਰਟ ਅਟੈਕ ਦੇ ਚਾਂਸਿਸ 30% ਘੱਟ ਜਾਂਦੇ ਆ। ਤੁਸੀਂ ਸੋਚੋ, ਸਿੰਪਲੀ ਬਾਏ ਆਪਣਾ ਬਲੱਡ ਪ੍ਰੈਸ਼ਰ ਮੈਜਰ ਕਰੋ ਅਤੇ ਉਹਨੂੰ ਟ੍ਰੀਟ ਕਰਨਾ, ਤੁਸੀਂ ਆਪਣੀ ਲਾਈਫ ਕਿੰਨੀ ਸੋਹਣੀ ਬਣਾ ਸਕਦੇ, ਕਿੰਨੀਆਂ ਗੰਦੀਆਂ ਬਿਮਾਰੀਆਂ ਤੋਂ, ਡੇਂਜਰਸ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਜੋ। ਟਿਪ ਨੰਬਰ 3। ਟਿਪ ਨੰਬਰ 4, ਹਰ ਇੱਕ ਸਾਲ ਆਪਣੇ ਡਾਕਟਰ ਕੋਲ ਜਾਓ। ਵੇਖੋ, ਕਈ ਚੀਜ਼ਾਂ ਉਹ ਪਿਕਅਪ ਕਰ ਸਕਦੇ ਜਿਹੜੀਆਂ ਤੁਹਾਨੂੰ ਪਤਾ ਨਹੀਂ ਹੁੰਦੀਆਂ। ਅਕਸਰ ਇੰਡੀਅਨ ਕਮਿਊਨਿਟੀ 'ਚ ਲੋਕ ਉਦੋਂ ਡਾਕਟਰ ਕੋਲ ਜਾਂਦੇ ਜਦੋਂ ਹਾਰਟ ਅਟੈਕ ਹੋ ਜਾਂਦਾ ਜਾਂ ਸਟ੍ਰੋਕ ਹੋ ਜਾਂਦੀ। ਦੈਟਸ ਟੂ ਲੇਟ, ਉਦੋਂ ਤਾਂ ਕੁਛ ਨਹੀਂ ਕਰ ਸਕਦੇ। ਜੇ ਤੁਸੀਂ ਪਹਿਲਾਂ ਆਏ ਹੁੰਦੇ ਤਾਂ ਉਹ ਚੀਜ਼ਾਂ ਹੋਣੀਆਂ ਵੀ ਨਹੀਂ ਸੀ। ਬਹੁਤ ਵਾਰੀ ਤੁਸੀਂ ਉਹ ਚੀਜ਼ਾਂ ਨੂੰ ਪ੍ਰਿਵੈਂਟ ਕਰ ਸਕਦੇ ਹੋ। ਸੋ ਹਰ ਇੱਕ ਸਾਲ ਆਪਣੇ ਡਾਕਟਰ ਕੋਲ ਜਾਓ, ਉਹ ਨੋਰਮਲ ਟੈਸਟ ਕਰੂਗਾ, ਸਾਡੇ ਪ੍ਰੋਪਰ ਸਕਰੀਨਿੰਗਸ ਆ, ਜਿੱਦਾਂ 18 ਸਾਲ ਦੀ ਉਮਰ ਤੋਂ ਅਸੀਂ ਬਲੱਡ ਪ੍ਰੈਸ਼ਰ ਸ਼ੁਰੂ ਕਰ ਦਿੰਦੇ ਹਾਂ, 35 ਸਾਲ ਦੀ ਉਮਰ ਤੋਂ ਅਸੀਂ ਤੁਹਾਡੇ ਕੋਲੈਸਟ੍ਰੋਲ ਚੈੱਕ ਕਰਨੀ ਸ਼ੁਰੂ ਕਰ ਦਿੰਦੇ, ਜੇ ਫੀਮੇਲ ਆ ਉਹ ਕਈ ਵਾਰੀ 45 ਦੀ ਉਮਰ ਤੋਂ ਕਰ ਦਿੰਦੇ ਹਾਂ, ਮੈਮੋਗ੍ਰਾਮ 40 ਸਾਲ ਦੀ ਉਮਰ ਤੋਂ, ਕਈ ਥਾਵਾਂ 'ਤੇ 50 ਸਾਲ ਦੀ ਉਮਰ ਤੋਂ, ਡਿਪੈਂਡਿੰਗ ਔਨ ਰਿਸਕ ਫੈਕਟਰਸ ਮੈਮੋਗ੍ਰਾਮ ਹੁੰਦਾ। ਪੈਪਸਮੀਅਰ ਛੋਟੀ ਉਮਰ ਤੋਂ ਪੈਪਸਮੀਅਰ ਸ਼ੁਰੂ ਕਰ ਦਿੰਦੇ ਹਾਂ ਕਰਨਾ। ਕੋਲੋਨਾਸਕਪੀ ਸ਼ੁਰੂ ਕਰੀਦੀ ਆ 50 ਸਾਲ ਦੀ ਉਮਰ ਤੋਂ, ਠੀਕ ਆ। ਸੋ ਦੇਰ ਆਰ ਮੈਨੀ ਸਕਰੀਨਿੰਗਸ ਦੈਟ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪਰ ਤੁਹਾਡੇ ਡਾਕਟਰ ਨੂੰ ਪਤਾ। ਨੰਬਰ 5, ਜੇ ਤੁਹਾਨੂੰ ਡਾਇਬੀਟੀਜ਼ ਆ,
ਜੇ ਤੁਹਾਨੂੰ ਗਲੂਕੋਸ ਤੁਹਾਡੀ ਸ਼ੂਗਰ ਉੱਪਰ ਰਹਿੰਦੀ ਆ, ਬੜੀ ਈਜ਼ੀਲੀ ਉਹ ਟੈਸਟੇਬਲ ਚੀਜ਼ ਆ, ਉਹ ਵੀ ਅਸੀਂ ਆਉਣ ਵਾਲੇ ਸ਼ੋਅ 'ਚ ਡਿਸਕਸ ਕਰਾਂਗੇ ਕਿ ਕਿੰਨੀ ਸੌਖੀ ਤਰ੍ਹਾਂ ਤੁਸੀਂ ਸ਼ੂਗਰ ਨੂੰ ਟੈਸਟ ਕਰ ਸਕਦੇ ਹੋ ਅਤੇ ਕਿੰਨੀਆਂ ਡੇਂਜਰਸ ਬਿਮਾਰੀਆਂ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਜੋ। ਇਹ ਐਸੀ ਚੀਜ਼ ਆ ਜਿਹੜੀ 60 ਮਿਲੀਅਨ ਅਮੈਰੀਕਨਸ ਨੂੰ ਅਫੈਕਟ ਕਰਦੀ ਆ, ਪਰ ਲੱਗਦਾ ਕੋਈ 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 ਸੁਣਵਾਈ ਨਹੀਂ ਆਪਣੀ ਕੌਮ 'ਚ, ਪਤਾ ਹੀ ਨਹੀਂ, ਲੋਕ ਡਰਦੇ ਆ ਕਿ ਸਾਨੂੰ ਕਿਤੇ ਡਾਇਗਨੋਸ ਨਾ ਹੋ ਜਾਵੇ ਡਾਇਬੀਟੀਜ਼। ਡਾਇਬੀਟੀਜ਼ ਤਾਂ ਪ੍ਰੈਜ਼ੀਡੈਂਟਸ ਨੂੰ ਵੀ ਹੁੰਦੀ ਆ, ਓਲੰਪੀਅਨ, ਕਈ ਐਸੇ ਓਲੰਪਿਕ ਸਟਾਰ ਆ ਜਿਹੜੇ ਓਲੰਪਿਕਸ, ਹੁਣ ਓਲੰਪਿਕਸ ਤੋਂ ਵੱਧ ਤਾਂ ਕੋਈ ਵੱਡੀ ਖੇਡ ਨਹੀਂ ਨਾ, ਐਸੇ ਲੋਕ ਆ ਜਿਨ੍ਹਾਂ ਨੇ ਓਲੰਪਿਕ ਦੇ ਗੋਲਡ ਮੈਡਲ ਵੀ ਜਿੱਤੇ ਆ, ਡਾਇਬੈਟਿਕ ਪੇਸ਼ੈਂਟਸ ਨੇ। ਸੋ ਡਾਇਬੈਟਿਕਸ ਤੋਂ ਕੀ ਡਰਨਾ, ਡਾਇਬੈਟਿਕਸ ਨੂੰ ਕੋਈ ਵੀ ਬਿਮਾਰੀ ਉਹਨੂੰ ਟੈਕਲ ਕਰੋ ਆਪਣੇ ਡਾਕਟਰ ਦੇ ਨਾਲ ਰਲ ਕੇ। ਨੰਬਰ 6, ਡੇਲੀ ਵਾਕ, ਰੋਜ਼ ਵਾਕ 'ਤੇ ਜਾਓ, ਮੈਂਟਲੀ ਹੈਲਥ ਲਈ ਬਹੁਤ ਜ਼ਰੂਰੀ ਆ। ਐਂਡ ਨੰਬਰ 7, ਪ੍ਰੋਬਬਲੀ ਮਾਈ ਮੋਸਟ ਇੰਪੋਰਟੈਂਟ ਵਨ, ਇਜ਼ ਸਲੀਪ, ਨੀਂਦ ਬਹੁਤ ਜ਼ਰੂਰੀ ਆ। ਸੋ ਨੀਂਦ ਇੱਕ ਤੰਦਰੁਸਤ ਲਾਈਫ ਲਈ, ਇੱਕ ਹੈਲਥੀ ਲਾਈਫ ਲਈ ਨੀਂਦ ਬਹੁਤ ਜ਼ਰੂਰੀ ਆ। ਸੋ ਸੌ ਪ੍ਰੋਪਰ 6 to 8 hours, ਆਈ ਮੀਨ ਜੇ ਤੁਸੀਂ ਕਾਲਜ 'ਚ ਜੋ ਇਗਜ਼ਾਮ ਆ ਉਦੋਂ ਮੈਂ ਅੰਡਰਸਟੈਂਡ ਕਰਦਾ, ਬਟ ਐਨੀਬਡੀ ਆਊਸ ਕਿਡਸ ਐਂਡ ਅਰਡਰਲੀ ਮਿਡਲ ਏਜ, ਪਲੀਜ਼, ਨੀਂਦ ਬਹੁਤ ਜ਼ਰੂਰੀ ਆ। ਚਲੋ, ਸੋ ਕਾਫੀ ਗੱਲਾਂ ਹੋ ਗਈਆਂ, ਟਾਈਮ ਪੂਰਾ ਹੋ ਗਿਆ, ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਚੀਜ਼ ਨੂੰ ਪ੍ਰੋਲੋਂਗ ਕਰ ਸਕੀਏ, ਸ਼ੋਅ ਇੱਥੇ ਹੀ ਸਮਾਪਤ ਕਰਨਾ ਪਊਗਾ। ਪਰ ਫਿਰ ਜਾਂਦਾ ਜਾਂਦਾ ਮੈਂ ਇਹੋ ਗੱਲ ਕਹੂੰਗਾ ਕਿ ਬੜਾ ਦਰਦਨਾਕ ਸੀ ਉਹ ਟਾਈਮ ਜਿਸ 'ਚੋਂ ਮੈਂ ਨਿਕਲਿਆ, ਮਤਲਬ ਕਿ ਕਿਸੇ ਵੀ ਬੱਚੇ ਨੂੰ ਇਹ ਨਾ ਕਰਨਾ ਪਵੇ ਜੋ ਮੈਨੂੰ ਕਰਨਾ ਪਿਆ। ਆਪਣੇ ਰਾਤ ਨੂੰ ਆਪਣੇ ਯੂਨੋ ਫਾਦਰ ਸਾਹਿਬ ਦੇ ਛਾਤੀ 'ਤੇ ਹੱਥ ਰੱਖ ਕੇ ਸੌਣਾ ਪੈਂਦਾ ਕਿ ਉਹਨਾਂ ਦਾ ਦਿਲ ਚੱਲਦਾ ਕਿ ਨਹੀਂ ਚੱਲਦਾ, ਅਤੇ ਉਹ ਗੱਲਾਂ ਤਾਂ ਮੈਂ ਐਸੀਆਂ ਜਿਹੜੀਆਂ ਅੱਜ ਕਰਤੀਆਂ ਜਿਹੜੀਆਂ ਉਹਨਾਂ ਨੂੰ ਵੀ ਨਹੀਂ ਸ਼ਾਇਦ ਦੱਸੀਆਂ, ਉਹ ਸ਼ੋਅ ਵੇਖਣਗੇ, ਉਹਨਾਂ ਨੂੰ ਪਤਾ ਲੱਗੂਗਾ ਕਿ ਕਿਹੜੀ ਹੈ, ਕਿਹੜੇ ਟਾਈਮ 'ਚ ਉਹਨਾਂ ਨੇ ਮੈਨੂੰ ਕੱਢਿਆ। ਸੋ ਜੇ ਤੁਸੀਂ ਪੇਰੈਂਟ ਜੋ, ਤਾਂ ਪਲੀਜ਼ ਆਪਣੇ ਨਿਆਣਿਆਂ ਨੂੰ ਇਹੋ ਜਿਹੇ ਚੀਜ਼ਾਂ 'ਚੋਂ ਨਾ ਕੱਢੋ। ਜੇ ਤੁਹਾਡੀ ਸਿਹਤ ਨਹੀਂ ਠੀਕ ਤਾਂ ਆਪਣੇ ਡਾਕਟਰ ਕੋਲ ਜਾਓ, ਕਿਉਂਕਿ ਉਹਨਾਂ ਨੂੰ ਤੁਹਾਡੀ ਸਖਤ ਜ਼ਰੂਰਤ ਹੈ, ਤੁਹਾਡੀ ਜਿਹੜੀ ਸਿਹਤ, ਤੁਹਾਡੀ ਖੁਸ਼ੀ ਉਹਨਾਂ ਦੀ ਲੱਖਾਂ ਬਿਲੀਅਨ ਡਾਲਰਸ ਤੋਂ ਜ਼ਿਆਦਾ ਜ਼ਰੂਰੀ ਹੈ। ਸੋ ਪਲੀਜ਼ ਆਪਣੇ ਡਾਕਟਰ ਨੂੰ ਹਰ ਇੱਕ ਸਾਲ ਮਿਲੋ, ਅਤੇ ਜੇ ਤੁਹਾਨੂੰ ਕੋਈ ਰੋਗ ਆ ਉਹਦਾ ਇਲਾਜ ਕਰਾਓ। ਨੰਬਰ 2, ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਕਾਫੀ ਮਿਹਨਤ ਕਰਕੇ ਪਹੁੰਚੇ ਹਾਂ, ਅਤੇ ਮੈਂ ਚਾਹੁੰਦਾ ਕਿ ਜੇ ਸਾਡੇ ਕੋਲ ਕੋਈ ਹੁਨਰ ਆ, ਜੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਤਾਂ ਅਸੀਂ ਆਪਣੀ ਯੂਥ ਨੂੰ ਵੀ ਨਾਲ ਆਪਣੇ ਖਿੱਚ ਕੇ ਲੈ ਕੇ ਆਈਏ, ਭਾਵੇਂ ਉਹ ਇੰਡੀਆ 'ਚ ਆ, ਭਾਵੇਂ ਉਹ ਕੈਨੇਡਾ 'ਚ ਆ, ਭਾਵੇਂ ਉਹ ਅਮੈਰੀਕਾ 'ਚ ਆ। ਸੋ ਅਸੀਂ ਸ਼ੋਅ 'ਤੇ ਜ਼ਰੂਰ ਉਹਨਾਂ ਲੋਕਾਂ ਨੂੰ ਲੈ ਕੇ ਆਵਾਂਗੇ ਜਿਹੜੇ ਆਪਣੀ ਕਮਿਊਨਿਟੀ ਦੇ ਲੀਡਰਸ ਆ, ਭਾਵੇਂ ਉਹ ਡਾਕਟਰਸ ਆ, ਭਾਵੇਂ ਉਹ ਨਰਸਿਸ ਆ, ਭਾਵੇਂ ਐਨਪੀਜ਼ ਆ, ਭਾਵੇਂ ਸੋਸ਼ਲ ਵਰਕਰਸ ਆ, ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਟੱਚ ਰੱਖਦੇ ਆ, ਕਿ ਉਹ ਤੁਹਾਨੂੰ ਉਹ ਸਾਰੇ ਕੁਐਸਚਨਸ ਦੇ ਆਨਸਰ ਦੇ ਸਕਣ ਜਿਹੜੇ ਤੁਹਾਡੇ ਹੋਣਗੇ ਜਾਂ ਸਾਡੇ ਸੀ, ਉਹਨਾਂ ਦੇ ਵੀ ਆਨਸਰ ਦੇ ਸਕਣ। ਅਗੇਨ, ਜੇ ਤੁਸੀਂ ਇਹ ਸ਼ੋਅ 'ਤੇ ਕੁਛ ਚੀਜ਼ ਵੇਖਣਾ ਚਾਹੁੰਦੇ ਜੋ, ਕੋਈ ਐਸਾ ਪਰਟੀਕੁਲਰ ਟੋਪਿਕ ਹੈ ਜਿਹੜਾ ਤੁਸੀਂ ਚਾਹੁੰਦੇ ਜੋ ਅਸੀਂ ਕਵਰ ਕਰੀਏ, ਦੈਨ ਪਲੀਜ਼ ਈਮੇਲ ਮੀ ਐਟ drswaiman@justbroadcasting.com, ਅਗੇਨ drswaiman@justbroadcasting.com। ਇੱਦਾਂ ਹੀ ਹਰ ਇੱਕ ਹਫ਼ਤੇ ਮਿਲਾਂਗੇ ਅਲੱਗ ਅਲੱਗ ਟੋਪਿਕਸ ਲੈ ਕੇ। ਨੈਕਸਟ ਵੀਕ ਆਪਾਂ ਹਾਈਪਰਟੈਂਸ਼ਨ ਡਿਸਕਸ ਕਰਾਂਗੇ। ਸੋ ਮਿਲਦੇ ਹਾਂ ਨੈਕਸਟ ਵੀਕ ਵਿਦ ਅਨਦਰ ਟੋਪਿਕ। ਸਤਿ ਸ਼੍ਰੀ ਅਕਾਲ, ਥੈਂਕ ਯੂ।